ਨਕੁਲ ਆਇਆ ਮੇਰੇ ਸਾਹਮਣੇ, ਨਕੁਲ ਨੂੰ ਪੁੱਛ ਲਓ ਭਲਾ। ਮੈਂ ਨਕੁਲ ਨੂੰ ਕਿਹਾ, ਮੈਂ ਕਿਹਾ ਨਕੁਲ ਮੈਂ ਪਿਆਰ ਨਾਲ ਇਲੈਕਸ਼ਨ ਚਾਹੁੰਦਾ ਕਿ ਇਹਨੇ ਕੋਈ ਲੜਾਈ ਨਹੀਂ ਕਰਨੀ, ਇਹਨੇ ਕਿਹਾ ਲੜਾਈ ਕੋਈ ਨਹੀਂ ਕਰਨੀ, ਕੋਈ ਨਹੀਂ ਕਰਨੀ, ਕੋਈ ਗਾਲੀ ਹੋਣੀ ਨਹੀਂ, ਪੁੱਛ ਲਓ ਨਕੁਲ। ਮੈਂ ਨਾਲ ਸੀ, ਸੁਖਪਾਲ ਆਇਆ, ਸੁਖਪਾਲ ਨੂੰ ਇੰਨੀ ਗੱਲ ਕਹੀ ਹੈ ਕਿ ਮੁੰਡੇ ਦੋ ਤਿੰਨ ਮਹੀਨੇ ਦੇ ਲੱਗਾਂ ਵੀ ਕੋਈ ਨਾ, ਕੋਈ ਗੱਲ ਨੀ, ਵੇਖ ਲਓ ਯਾਰ ਮੈਂ ਜ਼ਰੂਰ ਗਿਆ, ਮੈਂ ਕਹਿੰਦਾ ਵੇਖ ਲੈ, ਮੁੰਡੀ ਨੀ ਚਾਹੀਦੀ, ਮੁੰਡਾ ਕਹਿੰਦੀ ਪੈਂਦੀ ਨੀ ਆ, ਪੈ ਲੈਣ ਤੂੰ ਪਿਆਰ ਦਾ ਗੋਪਾਲ ਨਗਰ ਦੇ ਵਿੱਚ ਜਿਹੜਾ 25 ਨੰਬਰ ਬੂਥ ਸੀ, ਅੱਜ ਇੱਥੇ ਇੱਕ ਸਾਨੂੰ ਟੈਲੀਫੋਨ ਆਇਆ ਵੀ ਇੱਥੇ ਕੋਈ ਲੜਾਈ ਝਗੜਾ ਹੋਣ ਲੱਗਾ, ਜਿਹਦੇ ਤੁਰੰਤ ਅਸੀਂ ਵੀ ਇੱਥੇ ਪਹੁੰਚ ਗਏ। ਤਾਂ ਇਹਨਾਂ ਦਾ ਐਲੀਗੇਸ਼ਨ ਸੀ ਕੁਝ ਆਮ ਆਦਮੀ ਪਾਰਟੀਆਂ ਦਾ ਵੀ ਉਹਨਾਂ ਦੇ ਇੱਕ MC ਜਿਹੜਾ ਅੰਦਰ ਉਹ ਗਲਤ ਬੈਠਾ। ਜਦੋਂ ਅਸੀਂ ਇਹਨੂੰ ਮੈਂ ਵੈਰੀਫਾਈ ਕੀਤਾ ਤੇ ਉਹਦੇ ਪਾਸ ਇੱਕ ਪੋਲਿੰਗ ਏਜੰਟ ਦਾ ਪਾਸ ਹੈਗਾ ਸੀ, ਇਸਨੂੰ ਦੱਸਤਾ ਵੀ ਇਹਕੋ ਪੋਲਿੰਗ ਏਜੰਟ ਦਾ ਹੈ। ਜਿਹੜੇ ਦੂਜੇ ਪਾਸੇ ਓਬਜੈਕਸ਼ਨ ਲਾਉਂਦੇ ਸੀ ਵੀ ਇੱਥੇ ਜਾਲੀ ਵੋਟਾਂ ਪੈ ਗਈਆਂ, ਜਦੋਂ ਅਸੀਂ ਪ੍ਰਜਾਈਡਿੰਗ ਅਫਸਰ ਦੇ ਥਰੂ ਵੈਰੀਫਾਈ ਕੀਤਾ ਤੇ ਕੋਈ ਜਾਲੀ ਵੋਟ ਨਹੀਂ ਸੀ ਪਈ, ਬਲਕਿ ਇਹਨਾਂ ਨੂੰ ਭੁਲੇਖਾ ਲੱਗ ਗਿਆ ਤੇ ਪ੍ਰਜਾਈਡਿੰਗ ਅਫਸਰ ਨੇ ਕਿਹਾ ਵੀ ਜਿਹੜਾ ਆਦਮੀ ਆਇਆ ਉਹ ਆਪਣੀ ਵੋਟ ਪਾ ਸਕਦਾ ਜੀ। ਮੇਰੀ ਇਹਨਾਂ ਦੋਨਾਂ ਹੀ ਸੀਨੀਅਰ ਨੇਤਾ ਜਿਹੜੇ ਹੈਗੇ ਨੇ ਲੀਡਰ, ਇਹਨਾਂ ਨੂੰ ਦੋਨਾਂ ਨੂੰ ਬੇਨਤੀ ਆਪਣੇ ਗੁੱਸੇ ਤੇ ਔਰ ਕੰਟਰੋਲ ਕਰੋ, ਔਰ ਜਿਹੜੇ ਨਾਲ ਆਏ ਮੈਂਬਰ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਣੇ ਘੱਟੋ ਘੱਟ ਆਪਣੀ ਬੋਲੀ ਤੇ ਜ਼ਰੂਰ ਕੰਟਰੋਲ ਕਰ। ਜੇਕਰ ਤੁਹਾਡੇ ਮਨ 'ਚ ਕੋਈ ਗਿਲਾ ਸ਼ਿਕਵਾ ਕੋਈ ਸ਼ਿਕਾਇਤ ਹੈ ਸਾਨੂੰ ਇੱਕ ਵਾਰੀ ਦੱਸਣ, ਜੇਕਰ ਅਸੀਂ ਨਹੀਂ ਸੋਲਵ ਕਰਾਂਗੇ ਉਦੋਂ ਬਾਅਦ ਇਹਨਾਂ ਕੋਲ ਕਾਫੀ ਲੋਕਤੰਤਰ ਦੇ ਮੁਤਾਬਕ ਰਾਈਟ ਹੈਗੇ ਆ, ਪਰ ਪਹਿਲੀ ਸਟੇਜ ਤੇ ਮੇਰੀ ਇਹਨਾਂ ਨੂੰ ਰਿਕੁਐਸਟ ਆ ਵੀ ਤੁਸੀਂ ਸਾਨੂੰ ਕੰਪਲੇਂਟ ਕਰੋ, ਆਪਸ 'ਚ ਨਾ ਇੱਕ ਦੂਜੇ ਨਾਲ ਝਗੜੋ। ਕਿਹੜੇ ਨੇਤਾ ਗਏ, ਕਿਹੜੀ ਕਿਹੜੀ ਪਾਰਟੀ ਨਾਲ ਸੰਬੰਧ ਸੀ? ਆਮ ਆਦਮੀ ਵੱਲੋਂ ਕੁਛ ਮੇਰਾ ਖਿਆਲ ਬੈਲ ਸਾਹਿਬ ਦੇ ਬ੍ਰਦਰ ਸੀ, ਦੂਜੇ ਪਾਸੇ ਜਿਹੜੇ ਹੈਗੇ ਸੀ ਬਾਲਾ ਸਾਹਿਬ ਦੇ ਦੋਨੇ ਬ੍ਰਦਰ ਸੀ, ਮੁੜ ਕੇ ਉਹ ਵੀ ਆਪ ਆਏ। ਪਰ ਜਦੋਂ ਅਸੀਂ ਸਮਝਾਇਆ ਬੈਲ ਸਾਹਿਬ ਵੀ ਬੜੇ ਸਲੀਕੇ ਨਾਲ ਗੱਲ ਕੀਤੀ ਹੈ ਔਰ ਪਾਲਾ ਸਾਹਿਬ ਨੇ ਬੜੀ ਸਲੀਕੇ ਨਾਲ ਗੱਲ ਕੀਤੀ ਹੈ। ਕਈ ਵਾਰੀ ਪਾਲਾ ਸਾਹਿਬ ਦਾ ਜਿਹੜਾ ਬੈਲ ਸਾਹਿਬ ਦਾ ਬੇਟਾ ਉਹਨੇ ਬਹੁਤ ਸਲੀਕੇ ਨਾਲ ਗੱਲ ਕੀਤੀ ਹੈ, ਕਈ ਵਾਰੀ ਉਹਨਾਂ ਦੇ ਭਤੀਜੇ ਨੇ ਵੀ ਚੰਗੀ ਗੱਲ ਕੀਤੀ, ਪਰ ਕੁਝ ਜਿਹੜੇ ਨਾਲ ਸੱਜੇ ਖੱਬੇ ਹੁੰਦੇ ਆ ਆਪਣੇ ਗਿਲੇ ਛੁਕੇ ਹੋਰ ਗੱਲ ਦੇ ਹੁੰਦੇ ਆ ਤਾਂ ਉਹ ਕੱਢਣੇ ਸ਼ੁਰੂ ਕਰ ਦਿੰਦੇ ਆ, ਉਹਦੇ ਕਰਕੇ ਤਣਾਅ ਵੱਧਦਾ। ਇਸ ਕਰਕੇ ਮੈਂ ਤਾਂ ਹੀ ਇਹਨਾਂ ਦੋਨਾਂ ਨੇਤਾ ਨੂੰ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਦੀ ਬੋਲੀ ਤੇ ਔਰ ਇਹਨਾਂ ਤੇ ਇਲੈਕਸ਼ਨ ਦੌਰਾਨ ਪੂਰਾ ਕੰਟਰੋਲ ਰੱਖਣ, ਕਿਉਂਕਿ ਪੰਜਾਬ ਪੁਲਿਸ ਅੱਜ ਵੀ ਉੱਥੇ ਹੀ ਖਲੋਤੀ ਹੈ ਜਿੱਥੇ ਹਰ ਚੀਜ਼ ਨੂੰ ਸੰਭਾਲ ਸਕਦੀ ਹੈ, ਔਰ ਅਸੀਂ ਇਸ ਦੇ ਕੰਮ ਨੂੰ ਸੰਭਾਲਣਾ ਬੜੇ ਬੇਖੂਬੀ ਜਿਹੜਾ ਜਾਣਦੇ। ਨਹੀਂ ਅਜੇ ਹੱਥੋਂ ਪਾਈ ਕੋਈ ਨਹੀਂ ਹੋਈ, ਸਿਰਫ ਇਹਨਾਂ ਨੇ ਇੱਕ ਵਾਰੀ ਇਹਨਾਂ ਦੇ ਦੋ ਬੰਦੇ ਜਿਹੜੇ ਉਹ ਹਾਈਪਰ ਹੋਣ ਲੱਗੇ ਸੀ, ਉਹਨਾਂ ਨੂੰ ਪੁਲਿਸ ਨੇ ਪੁੱਛ ਕਰਕੇ ਪਿੱਛੇ ਕਰਤਾ, ਮਾਮਲਾ ਸੌਰਟ ਆਊਟ ਕਰਤਾ ਔਰ ਬੜਾ ਪੀਸਫੁਲੀ ਜਿਹੜੀ ਇੱਥੇ ਜੀ ਦੇਖ ਲਓ ਤੁਸੀਂ ਬੜੀ ਪੀਸਫੁਲੀ ਜਿਹੜੀ ਹੈਗੀ ਆ ਉਹ ਵੋਟਿੰਗ ਹੋ ਰਹੀ ਆ ਔਰ ਏਦਾਂ ਹੀ ਹੋਏਗੀ।
ਇੱਥੇ ਨਹੀਂ ਹਰ ਸਟੇਸ਼ਨ 'ਤੇ ਹੀ ਹੋਏਗੀ ਇਹ।